ਰੱਖੜ ਪੁੰਨਿਆ ਦੇ ਆਖਰੀ ਦਿਨ ਇੱਕ ਨਿਹੰਗ ਸਿੰਘ ਦਾ ਕਤਲ ਕੀਤਾ ਗਿਆ। ਦੱਸਦੇ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਨਿਹੰਗ ਸਿੰਘਾਂ ਦੇ ਵੱਲੋਂ ਮੁਹੱਲਾ ਕੱਢਿਆ ਜਾ ਰਿਹਾ ਸੀ, ਜਿਸ ਮੌਕੇ ਗੋਲੀ ਚੱਲੀ ਔਰ ਗੋਲੀ ਲੱਗਣ ਕਰਕੇ ਇੱਕ ਨਿਹੰਗ ਸਿੰਘ ਦੀ ਮੌਤ ਹੋ ਗਈ। ਤਾਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਨਿਹੰਗ ਸਿੰਘਾਂ ਦੇ ਮੁਹੱਲੇ ਦੇ ਵਿੱਚ ਗੋਲੀ ਚੱਲੀ ਹੈ। ਮ੍ਰਿਤਕ ਨਿਹੰਗ ਸਿੰਘ ਦਾ ਨਾਮ ਧੀਰਾ ਸਿੰਘ ਉਰਫ ਕੀਲੀ ਹੈ। ਗੋਲੀ ਲੱਗਣ ਤੋਂ ਬਾਅਦ ਨਿਹੰਗ ਸਿੰਘ ਜ਼ਖਮੀ ਹੋਇਆ, ਜਿਸ ਨੂੰ ਸਿਵਲ ਹਸਪੀਟਲ ਬਾਬਾ ਬਕਾਲਾ ਸਾਹਿਬ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚ ਗਏ, SSP ਪਹੁੰਚ ਗਏ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਮੇਲਾ ਰੱਖੜ ਪੁੰਨਿਆ ਦੀ ਸਮਾਪਤੀ ਮੌਕੇ ਨਿਹੰਗ ਸਿੰਘਾਂ ਦੇ ਵੱਲੋਂ ਮੁਹੱਲਾ ਕੱਢਿਆ ਜਾ ਰਿਹਾ ਸੀ, ਜਿਸ ਮੌਕੇ ਗੋਲੀ ਚੱਲੀ, ਜਿਸ ਦੇ ਨਾਲ ਇੱਕ ਨਿਹੰਗ ਸਿੰਘ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਦੇ ਵੱਲੋਂ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਬਾਕੀ ਦੇ ਨਿਹੰਗ ਸਿੰਘਾਂ ਤੋਂ ਪੁੱਛ ਪੜਤਾਲ ਵੀ ਜਾਰੀ ਹੈ। ਤਾਂ ਰੱਖੜ ਪੁੰਨਿਆ ਦੇ ਆਖਰੀ ਦਿਨ ਇੱਕ ਨਿਹੰਗ ਸਿੰਘ ਦਾ ਕਤਲ ਕੀਤਾ ਗਿਆ। ਮੁਹੱਲੇ ਦੌਰਾਨ ਗੋਲੀ ਚੱਲੀ ਹੈ, ਨਿਹੰਗ ਸਿੰਘ ਦਾ ਕਤਲ ਹੋਇਆ। ਬਾਬਾ ਬਕਾਲਾ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੀ, ਇਹ ਜਿਹੜਾ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਜੋ ਅਲੈਜਡਲੀ ਇਹ ਫਾਇਰਿੰਗ ਦੀ ਇੰਸੀਡੈਂਟ ਹੋਈ ਹੈ, ਇਸ ਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਅੱਜ ਮਿਤੀ 20 ਅਗਸਤ ਨੂੰ ਜਿਹੜਾ ਨਿਹੰਗ ਸਿੰਘਾਂ ਵੱਲੋਂ ਜਿਹੜਾ ਇਹ ਮੁਹੱਲਾ ਕੱਢਿਆ ਜਾਂਦਾ ਹੈ ਉਹ ਰੂਟੀਨ ਦੀ ਤਰ੍ਹਾਂ ਕੱਢਿਆ ਜਾ ਰਿਹਾ ਸੀ, ਜਦੋਂ ਸਿੰਘ ਜਿਹੜੇ ਘੋੜਸਵਾਰ ਸੀਗੇ ਉਹ ਬਹੁਤ ਜੀ ਤੰਗ ਗਲੀ ਦੇ ਵਿੱਚੋਂ ਲੰਘ ਰਹੇ ਸੀਗੇ ਤਾਂ ਉਹ ਇਕੱਠੇ ਹੋ ਗਏ ਅਤੇ ਉਹਦੇ ਵਿਚਕਾਰ ਜਦੋਂ ਇਹ ਗੋਲੀ ਦੀ ਆਵਾਜ਼ ਆਈ ਤਾਂ ਬਾਕੀ ਤਾਂ ਸਾਰੇ ਸਿੰਘ ਅੱਗੇ ਚਲੇ ਗਏ ਅਤੇ ਇਹ ਸਿੰਘ ਜਿਹੜੇ ਡਿੱਗ ਪਏ। ਅਤੇ ਜਿੱਥੋਂ ਤੱਕ ਸਾਡੀ ਇਹ ਮੁੱਢਲੀ ਜਿਹੜੀ ਇਨਕੁਆਇਰੀ ਕੀਤੀ ਗਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਐਕਸੀਡੈਂਟਲ ਫਾਇਰ ਸੀ ਅਤੇ ਡਾਕਟਰ ਸਾਹਿਬ ਤੋਂ ਵੀ ਇਸ ਚੀਜ਼ ਦੀ ਅਸੀਂ ਜਿਹੜੀ ਹੈ ਵੈਰੀਫਿਕੇਸ਼ਨ ਕਰਾਈ ਹੈ, ਕਿਉਂਕਿ ਜਿਸ ਹਿਸਾਬ ਨਾਲ ਅਤੇ ਜਿਸ ਡਾਇਰੈਕਸ਼ਨ 'ਚ ਇਹ ਗੋਲੀ ਅਤੇ ਛੁਰਾ ਜੋ ਵੀ ਅਲੈਜਡਲੀ ਲੱਗਿਆ ਹੈ ਉਹ ਜਿਹੜਾ ਹੈ ਉਹ ਐਕਸੀਡੈਂਟਲ ਫਾਇਰ ਦੀ ਇੱਕ ਨਿਸ਼ਾਨੀ ਹੈ। ਇਸ ਤੋਂ ਇਲਾਵਾ ਜਿਹੜਾ ਮੁਹੱਲਾ ਹੈ ਉਸ ਤੋਂ ਬਾਅਦ ਵੀ ਇਹ ਸ਼ਾਂਤੀਪੂਰਵਕ ਚੱਲ ਰਿਹਾ ਹੈ ਅਤੇ ਸਿਚੁਏਸ਼ਨ ਪੀਸਫੁਲ ਹੈ। ਐਜ ਸੱਚ ਇੱਦਾਂ ਦੀ ਕੋਈ ਜੋ ਕੋਈ ਕੋਈ ਅਸ਼ਾਂਤੀ ਦੀ ਜਿਹੜੀ ਗੱਲ ਹੈ ਉਹਦੇ ਸਾਹਮਣੇ ਨਹੀਂ ਆਈ। ਕਿੰਨੇ ਫਾਇਰ ਹੋਏ ਸਰ ਇਸ ਦੇ ਵਿੱਚ? ਜੋ ਮੌਕੇ 'ਤੇ ਲੋਕਾਂ ਨੇ ਸੁਣੇ ਹੈ ਉਹ 2 ਫਾਇਰ ਦੀ ਆਵਾਜ਼ ਦੀ ਗੱਲ ਕਰਦੇ ਨੇ, ਪਰ ਕਿਉਂਕਿ ਅਜੇ 1 ਫਾਇਰ ਜਿਹੜਾ ਹੈਗਾ ਉਹ ਕਨਫਰਮ ਹੋਇਆ ਅਤੇ ਬਾਕੀ ਜਿਹੜਾ ਹੈ ਅਜੇ ਇਨਵੈਸਟੀਗੇਸ਼ਨ ਜਾ ਰਹੀ ਹੈ। ਅਜੇ ਤੱਕ ਇੰਜਰਡ ਦੀ ਕੋਈ ਇੱਦਾਂ ਦੀ ਸਾਡੇ ਕੋਲ ਰਿਪੋਰਟ ਨਹੀਂ ਆਈ ਹੈ। ਜਿਹੜਾ ਮ੍ਰਿਤਕ ਹੈਗਾ ਉਸਦੇ ਵਿੱਚ ਇਹ ਬਾਬਾ ਹੀਰਾ ਸਿੰਘ ਨੇ, ਏਲੀਆਸ ਕਿੱਲੀ ਬਾਬਾ ਇਹਨਾਂ ਨੂੰ ਕਹਿੰਦੇ, ਇਹਨਾਂ ਦਾ ਪਿੰਡ ਦਿਆਲ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਹੈ ਜੀ। ਦੱਸਿਆ ਜਾ ਰਿਹਾ ਕਿ ਇੰਜਰਡ ਹੋਇਆ ਉਸਨੂੰ ਅੰਮ੍ਰਿਤਸਰ ਹਸਪੀਟਲ ਦੇ ਵਿੱਚ ਭੇਜਿਆ ਗਿਆ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਸਾਹਮਣੇ ਆਈ ਹੈ। ਜਿਹੜੇ ਇਹ ਡਿਸੀਜ਼ਡ ਹੋਏ ਨੇ ਨਿਹੰਗ ਸਿੰਘ, ਇਹਨਾਂ ਨੂੰ ਹੀ ਜਿਹੜਾ ਹੈ ਇਹਨਾਂ ਦੇ ਪੋਸਟਮਾਰਟਮ ਵਾਸਤੇ ਅੰਮ੍ਰਿਤਸਰ ਭੇਜ ਰਹੇ ਹਨ। ਸਹੀ ਕਾਰਨ ਕੋਈ ਹੁਣ ਤੱਕ ਪਤਾ ਲੱਗੇ ਕਿ ਕੀ ਇਸ ਤਰ੍ਹਾਂ ਗੋਲੀ ਚੱਲੀ, ਕਿਵੇਂ? ਐਕਸੀਡੈਂਟਲ ਫਾਇਰ ਹੈ ਜੀ, ਐਕਸੀਡੈਂਟਲ ਫਾਇਰ ਹੈ ਜੀ। ਕਨਫਰਮਡ ਹੈ ਜੀ ਕਿ ਹਲੇ ਜਾਂਚ ਕਰ ਰਹੇ ਹੋ? ਆਲਮੋਸਟ 90% ਕਨਫਰਮ ਹੈ। ਇੱਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਸਾਡੇ ਕੋਲ CCTV ਫੁਟੇਜਸ ਵਗੈਰਾ ਸੀ, ਕਿਉਂਕਿ ਮੇਲੇ ਦੇ ਤਿਆਰੀ ਦੌਰਾਨ ਅਸੀਂ CCTV ਫੁਟੇਜਸ ਵਗੈਰਾ ਵੀ ਸਾਰੇ ਉਹਦੀ ਵਿਵਸਥਾ ਕੀਤੀ ਹੋਈ ਹੈ, ਕੈਮਰੇ ਲੱਗੇ ਹੋਏ ਨੇ, ਉਹ ਵੀ ਜਿਹੜੇ ਹੈ ਅਸੀਂ ਚੈੱਕ ਕਰ ਰਹੇ ਹਾਂ। ਕਿੰਨੇ ਦਲ ਜਿਹੜੇ ਆ ਮਹੱਲਾ ਕਰਦੇ? ਬੇਸਿਕਲੀ ਇਹ 2 ਜਿਹੜੇ ਦਲ ਸਾਹਮਣੇ ਆਏ ਨੇ, ਇੱਕ ਬਾਬਾ ਜੋਗਾ ਜੀ ਦਾ ਜਿਹੜੇ ਲੋਕਲ ਨੇ ਚੱਬੇ ਤੋਂ ਵੀ ਨੇ ਉਹਨਾਂ ਦਾ ਦਲ ਸੀਗਾ, ਇਸ ਤੋਂ ਇਲਾਵਾ ਜਿਹੜਾ ਬਾਬਾ ਮੇਜਰ ਸਿੰਘ ਜੀ ਨੇ ਉਹਨਾਂ ਦਾ ਦਲ ਸੀਗਾ, ਇਸ ਤੋਂ ਇਲਾਵਾ 1-2 ਹੋਰ ਜਿਹੜੇ ਹੈਗੇ ਜਿਹਨਾਂ ਦੀ ਸੰਖਿਆ ਛੋਟੀ ਹੈ ਉਹ ਵੀ ਦਲ ਜਿਹੜੇ ਹੈ ਇਸ ਮਹੱਲੇ ਸੀ। ਜਿਹੜਾ ਨਿਹੰਗ ਸਿੰਘ ਸ਼ਹੀਦ ਹੋਏ ਨੇ ਉਹ ਕਿਹੜੇ ਦਲ ਦੇ ਹੈਗੇ ਨੇ? ਉਹ ਇਹ ਦੱਸਿਆ ਜਾਂਦਾ ਹੈ ਕਿ ਉਹ ਬਾਬਾ ਜੋਗਾ ਸਿੰਘ ਜੀ ਦੇ ਦਲ ਦੇ ਨੇ ਜੀ। ਕੋਈ ਸਰ ਹੁਣ ਤੱਕ ਕੋਈ ਕਾਰਵਾਈ ਵੀ ਹੈਗੀ ਜੀ? ਇਹਦੇ 'ਚ ਜੋ ਪੁਲਿਸ
ਤੇ ਜੋ ਲੀਗਲ ਕਾਰਵਾਈ ਕਰਨੀ ਬਣਦੀ ਉਹ ਕੀਤੀ ਜਾਵੇਗੀ। ਅਸੀਂ ਸਟੇਟਮੈਂਟਸ ਵਗੈਰਾ ਲਵਾਂਗੇ ਤੇ ਜੋ ਵੀ ਹੈ ਜਿਹੜੇ ਨਿਹੰਗ ਸਿੰਘ ਉਹਨਾਂ ਦੀ ਬਾਡੀ ਜਿਹੜੀ ਹੈ ਉਹਦੀ ਪੋਸਟਮਾਰਟਮ ਵਾਸਤੇ ਜਿਹੜੀ ਹੈ, ਕਿਉਂਕਿ ਉਹ ਉਹਦੇ 'ਚ ਕੰਪਲੀਕੇਸ਼ਨਸ ਨੇ ਕੁਝ ਤੇ ਉਹ ਅੰਮ੍ਰਿਤਸਰ ਸ਼ਿਫਟ ਕਰ ਰਹੇ ਹਨ, ਤੇ ਉਸ ਤੋਂ ਬਾਅਦ ਜਿਹੜੀ ਹੈ ਨਾਲ ਦੀ ਨਾਲ ਜੋ ਵੀ ਲੀਗਲ ਕਾਰਵਾਈ ਕਰਨੀ ਬਣਦੀ ਉਹ ਕੀਤੀ ਜਾਵੇ।